ਅੰਦਰਲੀ ਪਹਿਲੇ ਮੈਚ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਕੇ ਅਰਦਾਸ ਕਰਦੀ ਹੈ ਕਿ ਪਰਮਾਤਮਾ ਇਹਨਾਂ ਸਾਰੇ ਖਿਡਾਰੀਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਹਲੋ ਸੇ ਵੀ ਬੱਚੇ ਦੇ ਸਾਥੀਓ ਤੋਂ ਪ੍ਰੇਮ ਰੱਖੋ ਜੀ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਬੁੱਢੇ ਨਾਨਕ ਦੇ ਦਰ ਤੋਂ ਲੈ ਸ਼ਕਤੀ ਬਾਬੇ ਦੀਪ ਸਿੰਘ ਦਾ ਜੋ ਜਿੱਤਾ ਹਰਾ ਹੈ ਵੀਰਾ ਫਕੀਰਾਂ ਦੀ ਧਰਤੀ ਦੇ ਜਿੱਤਣ ਲਈ ਹੋ ਤਿਆਰ ਆਏ ਬਾਬਾ ਜੀ ਨਾਲ ਖੱਜਾ ਬਾਣੀਆਂ ਦਾ ਉਹ ਬਾਣੀਆਂ ਪੰਜ ਉਚਾਰ ਆਏ ਵਿੱਚ ਹੋਣ ਕੜੀ ਦੇ ਕੰਮ ਸੋਹਣੇ ਵਿੱਚ ਇੱਕ ਮੁੰਡਾ ਬਖਾਰ ਆਏ ਅੱਜ ਕਹਿੰਦੇ ਬਖਾਰ ਆਈ ਹੈ ਮੇਰੇ ਮਿੱਤਰੋ ਫਿਰ ਕਬੱਡੀ ਦੀ ਲਾਲ ਜੁੜੀਏ ਤੇ ਜੋੜਨ ਦੀ ਕੋਸ਼ਿਸ਼ ਕਰਾਂਗੇ ਪਹਿਲਾ ਮੇਲਾ ਹੈ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਬੈਨਰ ਦੇ ਹੇਠ ਲਾ ਪਹਿਲੀ ਰੇਡ ਦੇ ਉੱਤੇ ਇੱਕ ਵਾਰੀ ਤਾਲੀਆਂ ਮਾਰੋ ਦਾ ਸਿੰਘ ਜੀ ਨੂੰ ਲਾ ਖੁਸ਼ੀ ਹੋਈ ਕਮਾਲ ਇਸ ਸਮੇਂ ਨੌਜਵਾਨ ਗੱਭਰੂ ਲਾ ਤਕੜਾ ਜੋ ਖਾ ਆਪਣੀ ਟੀਮ ਦੇ ਲਈ ਬੱਲੇ ਬੱਲੇ ਲੋ ਆ ਗਏ ਦੋ ਟੀਮਾਂ ਦੇ ਦਰਮਿਆਨ ਬੜਾ ਤਗੜਾ ਮੈਚ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਕੰਮ ਪਈ ਫਿਰ ਰੇਡ ਲੋਕਲ ਪਲੇਅਰ ਜਿਹੜੇ ਉਹ ਖੇਡ ਰਹੇ ਹੈ ਇਹਦੇ ਪਾਸੇ ਨੌਜਵਾਨ ਗੱਭਰੂ ਸਿੱਖ ਸਰਦਾਰ ਇਸ ਸਮੇਂ ਤਗੜਾ ਨੰਬਰ ਆਪਣੀ ਟੀਮ ਦੇ ਲਈ ਜ਼ੋਰ ਲਾ ਰਿਹਾ ਹੈ ਕੰਮ ਪਈ ਫਿਰ ਰੇਡ ਕਿ ਗੋਲੀਆਂ ਤੈਰਾ ਵਿੱਚ ਫੰਦੇ ਤੋਂ ਦਿਸਦੇ ਜਦ ਜਦਾ ਕਿਆ ਜਦੋਂ ਖੜਾਰੀ ਵਜ ਦਿਸਦੇ ਜਾਮਾ ਬਲੇ ਖਾਰੇ ਜੀ ਨੇ ਕਾੜੇ ਦੀ ਕੱਢੀਏ ਕਿ ਖੇਡਣੀ ਕਬੱਡੀ ਅਸਾਂ ਖੇਡਣੀ ਕਬੱਡੀ ਪਹਿਲਾਂ ਖੇਡ ਛੱਡੀਏ ਆਪ ਸਾਹਮਣੇ ਨੌਜਵਾਨ ਗੱਭਰੂ ਆਪਣੀ ਟੀਮ ਲਈ ਤਗੜਾ ਨੰਬਰ ਜ਼ੋਰ ਲਾ ਰਿਹਾ ਹੈ ਆਓ ਸਾਹਮਣੇ ਪਈ ਫਿਰ ਰੇਡ ਇਸ ਸਮੇਂ ਨਾ ਪੈਂਦੀ ਆ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਵਾਨਾ ਸਾਰਾ ਹਰ ਖੜਕੇ ਨਾ ਤੇ ਲੋ ਸਾਹ ਦਾ ਵੀ ਧੰਨਵਾਦ ਹੈ ਇਧਰਲੇ ਪਾਸੇ ਨਾਜ਼ਰ ਗੱਭਰੂ ਤਗੜਾ ਨੰਬਰ ਜੋੜਦਾ ਹੈ ਆਪਣੀ ਟੀਮ ਦੇ ਲਈ ਤਰੀਏ ਸਾਰਾ ਅਮਰੀਕਾ ਤੇ ਕਰੀਏ ਖੇਡ ਕਬੱਡੀ ਦੀ ਬਾਤ ਪਾਈਏ ਅੱਜ ਦਾ ਮੇਲਾ ਹੈ YouTube ਦੇ ਜਰੀਏ ਦੁਨੀਆ ਭਰ ਦੇ ਵਿੱਚ ਲਾਈਵ ਦਿਖਾਇਆ ਜਾਵੇਗਾ ਆਉ ਪੈਂਦੀ ਫਿਰ ਰੇਡ ਦੇ ਉੱਤੇ ਚਾਰ ਜਾਫੀਆਂ ਦੇ ਵਿੱਚੋਂ ਹੁਣ ਕਾਲ ਬੱਲੇ ਬੱਲੇ ਕਰਵਾਵੇਗਾ ਆਉ ਫੜਿਆ ਹੋਇਆ ਪੁੱਤ ਭਰੀ ਹੋਈ ਮਗਨ ਸੰਦੇ ਇੱਕ ਕਮਾਲ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਲੱਗਦਾ ਜ਼ੋਰ ਦੋਨੋਂ ਖਿਡਾਰੀਆਂ ਦਾ ਇਸ ਸਮੇਂ ਵੇਖਦਾ ਆਉ ਹੋ ਗਿਆ ਫੈਸਲਾ ਇਹ ਨੰਬਰ ਜਾਫੀ ਦੇ ਲਈ ਜੋੜਨਾ ਹੈ ਕਿ ਕਿਹੜੇ ਕਿਹੜੇ ਡੰਡ ਕਦੇ ਕਿਹੜੇ ਕਿਹੜੇ ਬੈਠਾ ਤੇ ਖਾਲੀਆਂ ਨੇ ਕਿਹੜੇ ਕਿਹੜੇ ਝੋਲੀਆਂ ਚੂਰੀਆਂ ਅਰੇ ਉਹ ਧਾਵੀ ਦਾ ਖਤਾਓ ਕੀ ਰੇਸੇ ਹੋਣਾ ਹੋਲੀਆਂ ਨੇ ਆਸਾ ਕਿਸ ਕਿਸ ਦੀ ਹੈ ਪੂਰੀ ਹੈ ਆਹ ਫੇਰੇ ਦਾ ਜਿੰਦੂ ਆਖੇ ਅੱਜ ਪਤਾ ਲੱਗ ਜਾਣਾ ਕਿ ਚੁੱਕਦਾ ਰਿਹਾ ਕਿਹੜਾ ਕਿਹੜਾ ਵਜਿਆ ਪੂਰੀ ਹੈ ਆਹ ਕਿਹੜੇ ਖਰਾਕ ਸੁਣਦਾ ਹੈ ਇਧਰ ਵੇਖੋ ਆਹ ਕਰਦਾ ਕਮਾਲ ਦੇ ਨੰਬਰ ਰੇਡ ਦਾ ਹੈਲੋ 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 ਗਿਆਨ ਧਿਆਨ ਕਿਸ ਕਰ ਨਾ ਜਾਣਾ ਤੇ ਸਾਥ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜੇਕਰ ਰਾਖੀ ਮੇਰੀ ਅੱਜ ਰੰਗਰੇ ਪੰਜਾਬ ਦੀ ਮਾਂ ਖੇਡ ਕਬੱਡੀ ਦੀਆਂ ਰੌਣਕਾਂ ਲੱਗੀਆਂ ਨੇ ਮੇਰੇ ਮਿੱਤਰੋ ਐਨ ਦਸਕਾ ਵਾਧਾ ਹੋਇਆ ਕੱਖ ਹੈ ਤੇ ਸਿੱਖ ਕੈਨ ਕਲਚਰ ਵੱਲੋਂ ਅੰਤੀਵਾ ਖੇਡ ਦੇ ਆਯੋਜਨ ਕੀਤਾ ਜਾ ਰਿਹਾ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਵੱਲੋਂ ਪਹਿਲਾ ਖੇਡ ਮੇਲਾ ਸੀਜ਼ਨ ਦਾ ਉਹ ਜਿੰਨੀਆਂ ਕਬਾਰੀਆਂ ਫੁੱਟੀਆਂ ਵਰਗੀ ਤੌਕਾਂ ਹੈ ਮੌਸਮ ਬਿਲਕੁਲ ਖਿਡਾਰੀਆਂ ਵਾਲਾ ਮੌਸਮ ਹੈ ਮੇਰੇ ਮਿੱਤਰੋ ਪਹਿਲੀ ਹੋਈ ਕਬੱਡੀ ਕੇ ਚਾਰ ਜਾਂਬੇ ਦਾ ਲੱਗਿਆ ਹੋਇਆ ਸੈੱਟ ਹੈ ਕਬੱਡੀ ਕਬੱਡੀ ਕਰਦਾ ਹੋਇਆ ਧਾਵੀ ਧਾਵੀ ਕਹਿੰਦਾ ਗੁੱਡ ਗੁੱਡ ਪਾਉਂਗਾ ਕਬੱਡੀਆਂ ਦੱਤਾ ਬਾਹਾਂ ਜਿੱਕਾ ਵਿੱਚ ਤਾਰ ਕਰੇ ਬੱਡੀਆਂ ਵਿੱਚ ਆਹ ਮੇਰੇ ਭਾਈ ਸਾਥੀ ਕਮੈਂਟੇਟਰ ਯੂਸੀ ਸਾਹਿਬ ਦਾ ਵੀ ਜਿਹੜਾ ਸਵਾਗਤ ਹੈ ਜੀ ਕਹਿੰਦੇ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਹੁਣ ਉਧਰ ਪੈਂਦੀ ਹੋਈ ਕਬੱਡੀ ਨੀਲੀ ਪੱਟੀ ਵਿੱਚ ਜਿੰਨੀਆਂ ਧਾਰੀਆਂ ਦੇਖੋ ਪੈਂਦੀਆਂ ਕਿਹਦੇ ਨਾਲ ਮਲਾਲੇ ਧਾਰੀਆਂ ਉਹ ਚਾਰ ਜਾਂਬੇ ਦੀ ਲੱਗੀ ਹੋਈ ਚੈਨ ਹੈ ਔਰ ਨਿਆਣਾ ਵਾਲੇ ਗੁੱਟ ਫੜ ਕੇ ਨਿਆਣਾ ਮਾਰਨ ਵਾਲੀ ਗੱਲ ਕਰਦੀ ਹੈ ਦੇਖੋ ਕੀ ਬਣੇਗਾ ਅੰਪਾਇਰ ਸਾਹਿਬ ਪਹਿਲੀ ਝੂਠ ਚੱਕਣਾ ਸੁਣਿਆ ਹੋਇਆ ਅੰਪਾਇਰ ਨੇ ਇੱਕ ਵਾਰ ਇੱਕ ਦੋ ਦਿਨ ਧਾਮੀ ਜੀ ਜੋ ਇੰਡੀਆ ਤੋਂ ਬੁਲਾਏ ਨੇ ਬਹੁਤ ਖੋਲੇ ਹੋਏ ਅੰਪਾਇਰ ਨੇ ਸਾਡੇ ਸੈਂਟਰ ਵੱਲੋਂ ਕਹਿੰਦੇ ਸਾਡੀ ਨਾਲ ਖੇਡ ਮੇਲਾ ਮੇਰੇ ਮਿੱਤਰੋ
ਕਿਚੀ ਦਾ ਤਿਹਾੜ ਢੇੜ ਹੁੰਦੀ ਹੈ ਬਗਾਨਾ ਪੁੱਤ ਕਿਹਨੂੰ ਵੇਚ ਦਿੰਦਾ ਜਿਵੇਂ ਚੱਕਲੇ ਤੇ ਰੋਟੀਏ ਰੋਟੀਏ ਲੋ ਧਾਵੀ ਦਾ ਬੋਲਿਆ ਹੋਇਆ ਧਾਵਾ ਕੇ ਚਾਰ ਜਾਪੀਆਂ ਨਾਲ ਲੱਗਿਆ ਹੋਇਆ ਸਿੱਟ ਹੈ ਔਰ ਬਹੁਤ ਕਿਸੇ ਚੰਗੇ ਚੰਡੇ ਹੈ ਕੋਚ ਦੇ ਔਰ ਸਿੱਟ ਕਰਦਾ ਨਜ਼ਰ ਆਉਂਦਾ ਕਿ ਦੇਖ ਕੋਈ ਦੇ ਚੰਡੇ ਹੈ ਔਰ ਲੋਕਾਂ ਧਾਵੀ ਦੀ ਇਸ਼ਾਰੇ ਕਰਕੇ ਬੀਤਾ ਹੋਇਆ ਸਮਾਂ ਪਤਾ ਨਾ ਵਿੱਚ ਬੀਤਾ ਹੋਇਆ ਸਮਾਂ ਵੇਖੋ ਜਦੋਂ ਦੇ ਜਾਰੀ ਨੂੰ ਹੰਦੇ ਵਾਲੇ ਲਾ ਕੇ ਹੱਥ ਜੋੜੀਆਂ ਹੋ ਗਈਆਂ ਮੇਰੇ ਮਿੱਤਰੋ ਪਰ ਪੁਆਇੰਟ ਧਾਵੀ ਸਾਹਿਬ ਦਾ ਇਸ਼ਾਰਾ ਕੇ ਪੁਆਇੰਟ ਧਾਵੀ ਦੇ ਹਿੱਸੇ ਜੋੜਾਂ ਦੀ ਟੀਮ ਨਾਲ ਬੇਨਤੀ ਕਰਦਾ ਰੋਇਲ ਕੈਂਟ ਜੋ ਸਭੇ ਨੇੜੇ ਦੀ ਟੀਮ ਹੈ ਗਰਾਊਂਡ ਵੱਲ ਜਲਦੀ ਦੇ ਨਾਲ ਵਧਣ ਔਰ ਬੀਕੇ ਦੀ ਬਾਬਾ ਕਰਨ ਦਾ ਸਪੋਰਟਿੰਗ ਆ ਦੋਵੇਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵੱਲ ਜਾਣ ਮੇਰੇ ਮਿੱਤਰੋ ਕੈਂਡੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਵਾਨਾ ਸਾਰਾ ਖੜ ਖੜ ਕੇ ਤੱਕ ਰਹੇ ਚਾਪੀ ਪੂਰੇ ਅੜ ਅੜ ਕੇ ਵਕਰਾ ਰਿਆ ਰਿਆ ਆਉਣ ਲੱਗਿਆ ਸਾਰੇ ਕਿਤੇ ਗਿੱਟ ਗਿੱਟ ਨਿਉਗੀ ਦਾ ਸੀ ਜੋਰ ਨਾਲ ਜੋਰ ਟਕਰਾਉਣ ਲੱਗਿਆ ਜੋਰ ਨਾਲ ਜੋਰ ਟਕਰਾਉਣ ਲੱਗਿਆ ਬਹੁਤ ਜੀ ਧਾਵੀ ਦਾ ਬੋਲਿਆ ਹੋਇਆ ਧਾਵਾ ਧਾਵੀ ਦਾ ਬੋਲਿਆ ਆ ਧਾਵਾ ਰਾਇਲ ਕੇ ਦੇ ਜੀਵਨ ਸੇ ਤੇ ਬੇਨਤੀ ਹੈ ਆਪਾਂ ਕਾਹ ਦਾ ਸਪੋਰਟਿੰਗ ਕਰੋ ਉਹਨੂੰ ਜਿਮਾ ਜਲਦ ਗਾਉਣ ਲਈ ਜਾਣਾ ਕਰੀ ਜਾਂਦਾ ਮਾਰ ਮਾਰ ਤੋੜਾ ਕੀਤੀ ਲਾ ਕਰੀ ਜਾਂਦਾ ਵਿੱਚ ਲਾ ਕਰੀ ਜਾਂਦਾ ਤਾਂ ਸਾਰਾ ਪੁਆਇੰਟ ਜਾਂ ਪੀਆ ਦੇ ਹਿੱਸੇ ਜੁੜਾ ਹੋਇਆ ਇਸ ਨਾਲ ਕਾਮ ਨਾਮ ਜੀ ਦੇ ਤੋਂ ਕੇ
और कल रुपया दे नौकरी है बेटा हमारे लाख कर दिया और कल रुपया दे नौकरी है और कल रुपया दे नौकरी है और साथी की बैंक टाइटल किसी का भी पुण्य से इनका स्वागत कर दिया तो देखो ताहिरा बोले हमें तावा के चार जबकि का लगे हर सेंटर इनको लिया रंग हो रहे पुल के रुपया ना लैंड है उसे सनम दादी है लेने का ना ये मरी पति बेटा बैंक का दिल होता कई इतने बेल रब्बा फिली का होता कई इतने बेल रब्बा फिली का होता और बैंक जो है मरी कुड़ी और नौजवान सताइलस का हुई और पढ़े दे ऊपरी जो क्या भी मैं लतियां लगी ना भाई और देखो तेरी तरह तालियां के चाबी जिसे किसी ना पढ़ती ते लोहा करता लोहे को ते पापुर बच्चे दिया भी अंदर हरे मेरे होते ही ये तो हम जी उल्पेना भी होके सरकार या उल्पेना भी होके सरकार और बेटा भी हो गया रखवाया था क्या भाई भी बनी रहते और कौन कह रही बल्ले वाले के बारे में वाले बुद्ध आओ सामने लेकर आता तो होते काम पे लेकर पूरे और बड़ी ही कमाल पहले बैठ के दे इधर जा रहे हैं आगे जाता बड़ा कोट आओ लेकर नंबर ना इधर ही छोड़ता है नंबर रेप ने वाली छोड़ता है अभी थोड़ी देर देर मार दो जो कह रही है आप मैंने हिंदू बनी है ये मैंने बनी है कर कर के आप कर के कोई हिंदू बनी थे और काम या फाल आके आप बने बने करवाएगा एक काकर तो सही बने बंदे हम कहीं के रह देते कहना ना देते को बोल काई ये समय होता मुर्त हम बता चीनी कर कहना कमाल हम लगा जोर बने बंदे हम सामने बड़ी ही कमाल हम बनाए देते हैं और सब एक बात कबूतर मेरे भरा तो बहुत अच्छे रोते हैं ये समा का कहानी कभी कोई जान बढ़ते हैं कभी कोई जान बढ़ते हैं आप भाई के लिए इसी में लेकर समा वक्त एक पानी का जो विशाल मुड़ देना और तो देखो शिक्षण दाना हाथ जोड़ियां होगी है देखो की बढ़ता पराना भी फेर दे देखो हटे ले लागे मुकाबला है जब तक तो जारी है ये पांच में के तो हर कोई आग देता मेरे मन का नहीं बेटा हाँ अंदर ਇਹ ਸਮੇਂ ਜੁੜਦਾ ਹੈ
ਵਾਰਡਿਕਾ ਜਾਫੀ ਦੇ ਵਾਸਤੇ ਜੁੜਦਾ ਹੈ। ਪਹਿਲੇ ਬੈਠਿਆ ਦੋਨੋਂ ਟੀਮਾਂ ਨੂੰ ਬੇਨਤੀ ਹੈ ਉਹ ਜਲਦ ਗਰਾਊਂਡ ਦੇ ਵਿੱਚ ਆ ਜਾਣਾ ਦਿੱਤੇ ਸਮੇਂ ਦੇ ਵਿੱਚ। ਇਹ ਦੋਨਾਂ ਟੀਮਾਂ ਨੂੰ ਬੇਨਤੀ ਹੈ ਵੀ ਜਲਦ ਗਰਾਊਂਡ ਦੇ ਵਿੱਚ ਆ ਜਾਣ ਦੋਨੋਂ ਟੀਮਾਂ ਨੂੰ ਗੁਜ਼ਾਰਿਸ਼ ਹੈ। ਰਾਇਲ ਟੀਮ ਯੂਐਸਏ ਤੇ ਬਾਬਾ ਕਾਮਦਾਸ ਕਬੱਡੀ ਕਲੱਬ ਇਹ ਦੋਨੋਂ ਟੀਮਾਂ ਜਲਦ ਗਰਾਊਂਡ ਦੇ ਵਿੱਚ ਆਉਣ। ਆਹ ਭਾਈ ਫਿਰ ਰੇੜ ਤੇ ਭਰਿਆ ਹੋਇਆ ਗੁੱਟ ਚਪਾ ਚਪਾ ਚਰਖਾ ਚੱਲਣ ਵਾਲੀ ਗੱਲ ਮੇਰੇ ਮਿੱਤਰੋ ਆਹ ਬੜੀ ਫੇਰ ਹੈ। ਨੰਬਰ ਕਹਿੰਦੇ ਧਾਵੀ ਦੇ ਲਈ ਜੁੜਦਾ ਹੈ ਨੰਬਰ ਰੇੜ ਦੇ ਵਾਸਤੇ ਜੁੜਦਾ ਹੈ। ਅਗਲੀ ਰੇੜ ਐਵੀ ਵੱਡੇ ਭਾਈ ਕਰੀ ਗੱਲ ਫੈਡਰੇਸ਼ਨ ਆਫ ਅੰਟਾਰੀਓ ਦੀ
ਪੱਟੀ ਸੋਚਦੇ ਕਿ ਨਵੇਂ ਖਾਣੇ ਨੂੰ ਵੱਧ ਤੋਂ ਵੱਧ ਮੌਕਾ ਦਿੰਦੇ ਨੇ ਐਨ ਸੱਤ ਮੂਲਾਂ ਦੀ ਪਾਰ ਦੀ ਸੈਰ ਕਰਾਉਂਦੇ ਨੇ ਔਰ ਸੋਚ ਹੋਏ ਪ੍ਰਮੋਟਰ ਨੇ ਧੰਨਵਾਦ ਕਰਦੇ ਨੇ ਅੱਜ ਨਵੇਂ ਖਿਡਾਰੀ ਨਵੇਂ ਸਟਾਫ ਵੱਡੇ ਸਾਹ ਤੁਹਾਨੂੰ ਕਿਹ ਗਰਾਉਂਡਾਂ ਦੇ ਵਿੱਚ ਖੇਡ ਨੂੰ ਬੈਠ ਕੇ ਜਦੋਂ ਸੂਰ ਦੇਵ ਦਾ ਸਿਗਰਾਂ ਦੇ ਥੋੜੇ ਢਾਤਾ ਹੋਵੇਗਾ ਤੇ ਬੈਂਕ ਕਰ ਪਾਉਣਗੇ ਫਿਰ ਪੈਣਗੇ ਪਟਾਕੇ ਤੇ ਖੇਡਣਗੇ ਪਟਾਕੇ ਮੇਰੇ ਮਿੱਤਰੋ ਨਹੀਂ ਕਿਤੇ ਲਾਈਵ ਟੱਕੇ ਦਾ ਕੈਦ ਵੀ ਖੋਫ ਨੇ ਨਹੀਂ ਲਾਈਵ ਟੀਮ दोनों टीमों ਇਹ ਮੈਚ ਜਿਹੜਾ ਹੈ ਉਹ ਸਮਾਪਤੀ ਦੇ ਵੱਲ ਹੈ ਦੋਨੋਂ ਟੀਮਾਂ ਜਲਦ ਗਰਾਊਂਡ ਦੇ ਵਿੱਚ ਆ ਜਾਣਾ ਰਾਇਲ ਕਿੰਗ ਯੂਐਸਏ ਤੇ ਬੇਨਤੀ ਹੈ ਬਾਬਾ ਕਾਂਤ ਦਾ ਸਕੂਲਿੰਗ ਨਾਮ ਦੋਨੋਂ ਟੀਮਾਂ ਬੇਨਤੀ ਹੈ ਉਹ ਜਲਦ ਗਰਾਊਂਡ ਦੇ ਵਿੱਚ ਆ ਜਾਣਾ ਦੋਨੋਂ ਟੀਮਾਂ ਦਾ ਵਿਦਿਆਰਥ ਹੈ ਜਲਦ ਦੇ ਨਾਲ ਪਲੇਅਰ ਉਹ ਗਰਾਊਂਡ ਦੇ ਵਿੱਚ ਆ ਜਾਣਾ ਲੱਗਿਆ ਹੋਇਆ ਜੋ ਇਸ ਸਮੇਂ ਕਰਦਾ ਹੈ ਕਮਾਲ ਜਲਦ ਗਰਾਊਂਡ ਇਹ ਵੀ ਕਾਫੀ ਵੀ ਪੁੱਜੇ ਜਾ ਰਹੇ ਬੇਨਤੀ ਹੈ।